ਤੋਟਕ ਛੰਦ। ਮੁਨੀ ਸਰੋ ਵਾਚ। ਮੁਨੀ ਨੇ ਕਿਹਾ, ਹਰ ਸੋਏ ਰਹੈ ਸੱਜ ਸੈਨ ਤਹਾ, ਜਿੱਥੇ ਸੇਜਾ ਸੈਨ ਨੂੰ ਸਜਾ ਕੇ ਹਰ ਵਿਸ਼ਨੂੰ ਸੋ ਰਿਹਾ ਹੈ। ਜਲ ਕਾਲ ਕਰਾਲ ਵਿਸਾਲ ਜਹਾ, ਅਤੇ ਜਿੱਥੇ ਜਲ ਦਾ ਫੈਲਾਓ ਬਹੁਤ ਭਿਆਨਕ ਅਤੇ ਵਿਸ਼ਾਲ ਸੀ। ਭਇਓ ਨਾਭ ਸਰੋਜ ਤੇ ਬਿਸ ਕਰਤਾ, ਉੱਥੇ ਵਿਸ਼ਨੂੰ ਦੀ ਨਾਭੀ ਤੋਂ ਕਮਲ ਫੁੱਲ ਪੈਦਾ ਹੋਇਆ, ਅਤੇ ਉਸ ਵਿੱਚੋਂ ਵਿਸ਼ਵ ਦਾ ਕਰਤਾ ਬ੍ਰਹਮਾ ਉਤਪੰਨ ਹੋਇਆ। ਸੁਰਤ ਮੈਲ ਤੇ ਦੈਤ ਰਚੇ ਜੁਗਤਾ, ਉਸਦੇ ਕੰਨਾਂ ਦੀ ਮੈਲ ਤੋਂ ਦੋ ਦੈਂਤਾਂ ਦੀ ਰਚਨਾ ਹੋਈ। ਮੱਦ ਕੈਟਵ ਨਾਮ ਧਰੇ ਤਿੰਨ ਕੇ, ਉਹਨਾਂ ਦੋਹਾਂ ਦੈਤਾਂ ਦੇ ਨਾਂ ਮੱਧ ਅਤੇ ਕੈਟਵ ਰੱਖੇ ਗਏ। ਅਤ ਦੀਰਗ ਦੇਹੇ ਭਏ ਚਿਨਕੇ, ਜਿਨ੍ਹਾਂ ਦੇ ਸਰੀਰ ਬਹੁਤ ਵੱਡੇ ਹੋ ਗਏ। ਤਿੰਨ ਦੇਖ ਲੁਕੇਸ ਡਰਿਓ ਹੀ ਮੈਂ, ਉਹਨਾਂ ਨੂੰ ਵੇਖ ਕੇ ਬ੍ਰਹਮਾ ਲੁਕੇਸ ਮਨ ਵਿੱਚ ਬਹੁਤ ਡਰਿਆ। ਜਗਮਾਤ ਕੋ ਧਿਆਨ ਧਰੋ ਜੀ ਮੈਂ, ਉਸਨੇ ਤੁਰੰਤ ਮਨ ਵਿੱਚ ਜਗ ਮਾਤਾ ਦੁਰਗਾ ਦਾ ਧਿਆਨ ਧਰਿਆ। ਦੋਹਰਾ ਛੁੱਟੀ ਚੰਡ ਜਾਗੇ ਬ੍ਰਹਮ ਕਰਿਓ ਯੁੱਧ ਕੋ ਸਾਜ, ਉਸ ਵੇਲੇ ਜੋਗ ਨਿੰਦਾ ਚੰਡ ਖੁੱਲੀ ਵਿਸ਼ਨੂੰ ਜਾਗੇ ਅਤੇ ਯੁੱਧ ਦੀ ਤਿਆਰੀ ਕੀਤੀ। ਦੈਂਤ ਸਭੇ ਕੱਟ ਜਾਹੇ ਜਿਉਂ ਵੱਡਾ ਦੇਵਤਨ ਰਾਜ, ਜਿਸ ਤਰ੍ਹਾਂ ਦੈਂਤ ਘੱਟ ਜਾਣ ਅਤੇ ਦੇਵਤਿਆਂ ਦਾ ਰਾਜ ਵਧੇ, ਇਸ ਪ੍ਰਕਾਰ ਦੇ ਯਤਨ ਕਰਨ ਲੱਗੇ। ਸਵਈਆ ਯੁੱਧ ਕਰਿਓ ਤਿੰਨ ਸੌ ਭਗਵੰਤ, ਨਾ ਮਾਰ ਸਕੈ ਅਤ ਦੈਤ ਬਲੀ ਹੈ। ਵਿਸ਼ਨੂੰ ਨੇ ਉਹਨਾਂ ਨਾਲ ਯੁੱਧ ਕੀਤਾ ਪਰ ਮਾਰ ਨਾ ਸਕੇ, ਕਿਉਂਕਿ ਦੈਂਤ ਅਤ ਬਲਵਾਨ ਸਨ। ਸਾਲ ਪਏ ਤਿੰਨ ਪੰਜ ਹਜ਼ਾਰ, ਦੋਹੂੰ ਲੜਤੇ ਨਹਿ ਬਾਹਾਂ ਟਲੀ ਹੈ। ਉਹਨਾਂ ਦੋਹਾਂ ਵਿਸ਼ਨੂੰ ਅਤੇ ਦੈਂਤਾਂ ਨੂੰ ਲੜਦਿਆਂ ਪੰਜ ਹਜ਼ਾਰ ਸਾਲ ਬੀਤ ਗਏ, ਪਰ ਕਿਸੇ ਦੀ ਵੀ ਬਾਂਹ ਨਾ ਥੱਕੀ, ਅਰਥਾਤ ਲਗਾਤਾਰ ਯੁੱਧ ਕਰਦੇ ਰਹੇ। ਦੈਂਤਨ ਰੀਝ ਕਹਿਓ ਬਰ ਮਾਂਗ ਕਹਿਓ, ਹਰ ਸੀਸਨ ਦੇਹੇ ਭਲੀ ਹੈ। ਦੈਂਤਾਂ ਨੇ ਵਿਸ਼ਨੂੰ ਦੇ ਪਰਾਕਰਮ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਤੂੰ ਕੋਈ ਵਰ ਮੰਗ। ਉੱਤਰ ਵਿੱਚ ਹਰ ਨੇ ਕਿਹਾ ਕਿ ਸਿਰ ਦੇ ਦਿਓ। ਦੈਂਤਾਂ ਨੇ ਕਿਹਾ ਕਿ ਚੰਗੀ ਗੱਲ ਹੈ। ਧਾਰ ਉਰੂ ਪਰ ਚੱਕਰ ਸੌ ਕਾਟ ਕੈ, ਜੋਤ ਲੈ ਆਪਣੀ ਅੰਗ ਮਲੀ ਹੈ। ਵਿਸ਼ਨੂੰ ਨੇ ਉਹਨਾਂ ਦੇ ਸਿਰਾਂ ਨੂੰ ਪੱਟਾ ਉੱਤੇ ਰੱਖ ਕੇ ਸੁਦਰਸ਼ਨ ਚੱਕਰ ਨਾਲ ਕੱਟ ਦਿੱਤਾ, ਅਤੇ ਉਹਨਾਂ ਦੀ ਜੋਤ ਨੂੰ ਲੈ ਕੇ ਵਿਸ਼ਨੂੰ ਨੇ ਆਪਣੇ ਹੀ ਸਰੀਰ ਵਿੱਚ ਮਿਲਾ ਲਈ। ਸੋਰਠਾ ਦੇਵਨ ਥਾਪਿਓ ਰਾਜ, ਮਧੂ ਕੈਟਵ ਕੋ ਮਾਰ ਕੈ। ਮਧ ਅਤੇ ਕੈਟਵ ਨੂੰ ਮਾਰ ਕੇ ਦੇਵਤਿਆਂ ਦੇ ਰਾਜ ਦੀ ਸਥਾਪਨਾ ਕੀਤੀ। ਦੀਨੋ ਸਕਲ ਸਮਾਜ ਬੈਕੁੰਠ ਗਾਮੀ ਹਰ ਪਏ। ਰਾਜ ਭਾਗ ਦੀ ਸਾਰੀ ਸਮੱਗਰੀ ਦੇ ਕੇ ਵਿਸ਼ਨੂੰ ਬੈਕੁੰਠ ਚਲੇ ਗਏ। ਇਤ ਸ੍ਰੀ ਮਾਰਕੰਡੇ ਪੁਰਾਣੇ ਚੰਡੀ
ਚਰਿਤ੍ਰ ਉਕਤ ਬਿਲਾਸ ਮਦ ਕੈਟਬ ਬੱਧ ਹੈ ਪ੍ਰਥਮ ਧਿਆਏ। ਇੱਥੇ ਸ਼੍ਰੀ ਮਾਰਕੰਡੇ ਪੁਰਾਣ ਦੇ ਸ਼੍ਰੀ ਚੰਡੀ ਚਰਿੱਤਰ ਉਕਤ ਬਿਲਾਸ ਦੇ ਮਦ ਕੈਟਬ ਦੇ ਮਾਰੇ ਜਾਣ ਵਾਲੇ ਪਹਿਲੇ ਅਧਿਆਏ ਦੀ ਸਮਾਪਤੀ ਹੈ। ਸਭ ਸ਼ੁਭ ਹੈ। ਪੁਨਹਾ ਬਹੁਰ ਭਇਓ ਮਹਿਖਾਸੁਰ ਤਿੰਨ ਤੋਂ ਕਿਆ ਕੀਆ। ਫਿਰ ਮਹਿਖਾਸੁਰ ਝੋਟੇ ਦੀ ਸ਼ਕਲ ਵਾਲਾ ਦੈਂਤ ਹੋਇਆ। ਉਸਨੇ ਕੀ ਕੀਤਾ? ਉਸਦਾ ਵਰਣਨ ਇਸ ਪ੍ਰਕਾਰ ਹੈ। ਭੁਜਾ ਜੋਰ ਕਰ ਯੁੱਧ ਜੀਤ ਸਭ ਜਗ ਲੀਆ। ਉਸਨੇ ਭੁਜਾਵਾਂ ਦੇ ਬਲ ਨਾਲ ਯੁੱਧ ਕਰਕੇ ਸਾਰੇ ਸੰਸਾਰ ਨੂੰ ਜਿੱਤ ਲਿਆ। ਸੁਰ ਸਮੂਹ ਸੰਘਾਰੇ ਰਣੈ ਪਚਾਰ ਕੈ। ਉਸਨੇ ਰਣ ਭੂਮੀ ਵਿੱਚ ਵੰਗਾਰ ਕੇ ਦੇਵਤਿਆਂ ਦਾ ਸਮੂਹਿਕ ਸੰਘਾਰ ਕੀਤਾ। ਟੂਕ ਟੂਕ ਕਰ ਡਾਰੇ ਆਯੁੱਧ ਧਾਰ ਕੈ। ਹਥਿਆਰ ਧਾਰਨ ਕਰਕੇ ਸਾਰਿਆਂ ਨੂੰ ਟੋਟੇ ਟੋਟੇ ਕਰ ਸੁੱਟਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।